ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਵੈਲਕਮ ਬੈਕ ਸਾਡੇ YouTube ਚੈਨਲ ਤੇ ਜਿਸ ਦਾ ਨਾਮ ਹੈ ਮਿਸਟਰ ਐਂਡ ਮਿਸਿਸ ਭੱਟੀ ਫੈਮਿਲੀ। ਸਤਿ ਸ੍ਰੀ ਅਕਾਲ ਸਾਰਿਆਂ ਦਾ, ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਣੇ ਨੇ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਵੈਲਕਮ ਹੋ ਗਿਆ ਸਾਡੇ YouTube ਚੈਨਲ ਤੇ। ਅੱਜ ਦਾ ਵਲੌਗ ਅਸੀਂ ਬਹੁਤ ਘੈਂਟ ਲੈ ਕੇ ਆਏ ਤੁਹਾਡੇ ਵਾਸਤੇ, ਜਿੱਦਾਂ ਕਿ ਸਾਡੇ ਭੈਣ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਹੈ ਤੇ ਉਹਨਾਂ ਦੇ ਪਿਆਰ ਸਦਕੇ ਅੱਜ ਬਹੁਤ ਜ਼ਬਰਦਸਤ ਅਸੀਂ ਵਲੌਗ ਲੈ ਕੇ ਆਏ ਹਾਂ। ਅੱਜ ਅਸੀਂ ਤੁਹਾਨੂੰ ਬਣਾ ਕੇ ਖਿਲਾਵਾਂਗੇ ਫਿਸ਼ ਪਕੌੜਾ। ਫਿਸ਼ ਪਕੌੜੇ ਦੀ ਅੱਜ ਰੈਸਪੀ ਬਣਾਵਾਂਗੇ ਤੇ ਚਲੋ ਆ ਜਾਓ ਜੀ, ਕਰਦੇ ਹਾਂ ਫਿਸ਼ ਪਕੌੜੇ ਦੀ ਰੈਸਪੀ ਦੀ ਤਿਆਰੀ। ਵੈਲਕਮ ਹੋ ਗਿਆ ਸਾਰਿਆਂ ਦਾ ਦਿਲਜੀਤ ਦੀ ਕਿਚਨ ਦੇ ਵਿੱਚ ਤੇ ਅੱਜ ਮੈਂ ਆਪਣੀ ਕਿਚਨ ਉਧਾਰੀ ਦੇ ਰਹੀ ਹਾਂ ਇਹਨਾਂ ਨੂੰ ਤੇ ਅੱਜ ਦੇ ਦਿਨ ਦੇਖੋ ਆ ਕੀ ਕਰਦੇ ਆ ਮੇਰੀ ਕਿਚਨ ਦੇ ਨਾਲ, ਕਿਲਾਰਾ ਬਾਂਧਦੇ ਆ ਜਾਂ ਸਮੇਟਦੇ ਆ। ਜਿੱਦਾਂ ਕਿ ਹਰ ਦਿਨ ਤੁਹਾਨੂੰ ਰੈਸਪੀ ਦਿਲਜੀਤ ਬਣਾ ਕੇ ਦਿੰਦੀ ਹੈ ਤੇ ਅੱਜ ਰੈਸਪੀ ਮੈਂ ਬਣਾਉਂਗਾ ਤੇ ਅੱਜ ਦੇ ਦਿਨ ਲਈ ਮੈਂ ਦਿਲਜੀਤ ਉਹਨਾਂ ਤੋਂ ਕਿਚਨ ਲਿੱਤੀ ਹੈ ਉਧਾਰੀ ਤੇ ਭੈਣ ਭਰਾਵਾਂ ਕਰਕੇ ਤੁਹਾਨੂੰ ਪਤਾ ਹੈ ਉਧਾਰੀ ਚੀਜ਼ ਵੀ ਲੈਣੀ ਚਾਹੀਦੀ ਹੈ ਤੇ ਆਪਾਂ ਉਧਾਰੀ ਲੈ ਲਈ ਹੈ ਦਿਲਜੀਤ ਤੋਂ ਕਿਚਨ ਤੇ ਹੁਣ ਬਣਾਵਾਂਗੇ ਰੈਸਪੀ। ਤਾਂ ਚਲੋ ਜੀ ਕਰਦੇ ਹਾਂ ਰੈਸਪੀ ਦੀ ਤਿਆਰੀ। ਉਧਾਰੀ ਦੇ ਪੈਸੇ ਤਾਂ ਦਿਓ, ਜਦੋਂ ਸਾਡੀ ਰੈਸਪੀ ਉੱਤੇ ਨੂੰ ਚੱਲ ਜਾਏਗੀ ਫਿਰ ਤੁਹਾਨੂੰ ਪੈਸੇ ਵੀ ਦੇ ਦਾਂਗੇ ਤੇ ਮੇਰੇ ਭੈਣ ਭਰਾ ਸਪੋਰਟ ਕਰੋ ਕਿ ਅਸੀਂ ਪੈਸੇ ਵੀ ਦੇਣੇ ਆ ਕਿਚਨ ਦੇ, ਠੀਕ ਹੈ ਜੀ। ਤਾਂ ਚਲੋ ਹੁਣ ਜੀ ਕਰਦੇ ਹਾਂ ਰੈਸਪੀ ਦੀ ਤਿਆਰੀ। ਅਸੀਂ ਮੱਛੀ ਪਕੌੜਾ ਬਣਾਉਣ ਵਾਸਤੇ ਜੀ ਇਹ ਸਾਰਾ ਸਮਾਨ ਲੈ ਲਿਆ ਹੈ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ। ਅਸੀਂ ਫਿਸ਼ ਲਿੱਤੀ ਹੈ 1.5 ਕਿਲੋ ਫਰੈਸ਼, ਅਸੀਂ ਜਦੋਂ ਵੀ ਬਣਾਉਂਦੇ ਹਾਂ ਅਸੀਂ ਫਰੈਸ਼ ਹੀ ਮੱਛੀ ਦੇ ਪਕੌੜੇ ਬਣਾਉਂਦੇ ਹਾਂ ਅਤੇ ਤੁਸੀਂ ਚਾਹੋ ਤਾਂ ਡੀਪ ਫਰਿੱਜ ਵਾਲੀ ਵੀ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ 1 ਲਿੱਤਾ ਆ ਆਂਡਾ ਅਤੇ 1/2 ਲਿੱਤਾ ਹੈ ਨਿੰਬੂ ਅਤੇ 3 ਲਿੱਤੀਆਂ ਮਿਰਚਾਂ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਮਸਾਲਿਆਂ ਵਿੱਚ ਕੀ ਯੂਜ਼ ਕਰਨਾ ਹੈ। ਸਭ ਤੋਂ ਪਹਿਲਾਂ ਆਪਣੇ ਅਜਵਾਇਣ ਥੋੜ੍ਹੀ ਜੀ, ਥੋੜ੍ਹਾ ਜਿਹਾ ਕਲਰ ਫੂਡ ਅਤੇ ਛੋਟਾ ਚਮਚ ਨਮਕ ਦਾ ਅਤੇ ਕਾਲੀ ਮਿਰਚ ਅਤੇ ਦੇਗੀ ਮਿਰਚ, ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਅੰਗ ਅੰਗ ਬੜਕਾ, ਠੀਕ ਹੈ ਜੀ। ਉਸ ਤੋਂ ਬਾਅਦ ਥੋੜ੍ਹਾ ਜਿਹਾ ਗਰਮ ਮਸਾਲਾ, ਉਸ ਤੋਂ ਬਾਅਦ ਕਿਚਨ ਕਿੰਗ ਮਸਾਲਾ ਅਤੇ ਆਹ ਮਸਾਲੇ ਸਾਰੇ ਯੂਜ਼ ਹੋਣੇ ਆ। ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਬੇਸਣ ਲੈਣਾ 2 ਚਮਚ ਤੁਸੀਂ, ਅਤੇ 1 ਚਮਚ ਤੁਸੀਂ ਪਾਉਣਾ ਹੈ ਕੋਰਨਫਲੋਰ ਦਾ, ਠੀਕ ਹੈ ਜੀ। ਆਹ ਸਮਾਨ ਤੁਸੀਂ ਲੈਣਾ ਆ ਪਕੌੜਿਆਂ ਦਾ। ਅਤੇ ਉਸ ਤੋਂ ਬਾਅਦ ਤੁਸੀਂ ਯੂਜ਼ ਕਰਨਾ ਜਦੋਂ ਪਕੌੜੇ ਤੁਹਾਡੇ ਬਣ ਗਏ ਪਕੌੜਾ ਮਸਾਲਾ, ਉਹ ਉੱਤੇ ਤੁਹਾਨੂੰ ਪਤਾ ਜਿੱਦਾਂ ਕਿ ਪਾਈਦਾ ਪਕੌੜਿਆਂ ਦੇ। ਅਤੇ ਆਹ ਸਮਾਨ ਸਾਰਾ ਹੀ ਰੈਡੀ ਕਰ ਲਿਆ ਹੈ ਅਤੇ ਹੁਣ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਕੀ ਕਰਨਾ। ਸਭ ਤੋਂ ਪਹਿਲਾਂ ਜੀ ਅਸੀਂ ਕੱਟਾਂਗੇ ਮੱਛੀ ਨੂੰ ਪਕੌੜਿਆਂ ਦੇ ਸਾਈਜ਼ ਦੇ ਹਿਸਾਬ ਨਾਲ ਛੋਟਾ ਛੋਟਾ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ, ਪਹਿਲਾਂ ਤੁਸੀਂ ਆਪਣਾ ਹਥਿਆਰ ਤਿੱਖਾ ਕਰ ਲੈਣਾ ਇੱਦਾਂ ਕਰਕੇ। ਆਹ ਦੇਖੋ ਜੀ ਹਥਿਆਰ ਤਿੱਖਾ ਹੁੰਦਾ ਹੈ, ਕਿਉਂਕਿ ਇੱਦਾਂ ਦੀਆਂ ਚੀਜ਼ਾਂ ਲਈ ਹਥਿਆਰ ਤਿੱਖੇ ਚਾਹੀਦੇ ਆ। ਹਥਿਆਰ ਤਿੱਖੇ ਹੋਣਗੇ ਤਾਂ ਫਿਰ ਮੱਛੀ ਦਾ ਪਤਾ ਨਹੀਂ ਚੱਲਣਾ ਕਦੋਂ ਵੱਢੀ ਗਈ। ਸਭ ਤੋਂ ਪਹਿਲਾਂ ਹੀ ਮੱਛੀ ਦੀ ਲਾਉਣੀ ਹੈ ਧੋਣ, ਧੋਣ ਲਾ ਕੇ ਦੇਖਣੀ ਹੈ ਕਰਦ ਸਾਡੀ ਤਿੱਖੀ ਹੋਈ ਆ ਕਿ ਨਹੀਂ। ਤਾਂ ਜੇ ਮੇਰੇ ਭੈਣ ਭਰਾ ਜੇ ਧੋਣ ਖਾਂਦੇ ਆ ਤਾਂ ਉਹ ਪਕੌੜਾ ਵੀ ਬਣਾ ਸਕਦੇ ਧੋਣ ਦਾ, ਤਾਂ ਅਸੀਂ ਤਾਂ ਖਾਂਦੇ ਨਹੀਂ ਹੋ। ਅਸੀਂ ਧੋਣ ਨੂੰ ਐਂ ਕਰਕੇ ਲਓ ਜੀ, ਧੋਣ ਗਈ ਸਾਡੀ ਲੱਤ, ਅਸੀਂ ਧੋਣ ਨੂੰ ਹੁਣ ਦੇਣਾ ਸੁੱਟ। ਅਤੇ ਉਸ ਤੋਂ ਬਾਅਦ ਅਸੀਂ ਕੱਟਣੀ ਆ ਪੂੰਛ। ਆਹ ਜੀ ਜਿਹੜੇ ਪੰਖ ਹੁੰਦੇ ਆ ਨਾ ਮੱਛੀ ਦੇ, ਇਹ ਵੀ ਤੁਸੀਂ ਕੱਟ ਲੈਣੇ ਆ, ਪਰ ਧਿਆਨ ਰੱਖਣਾ ਆਪਣਾ ਹੱਥ ਨਹੀਂ ਬੜਾ ਲੈਣਾ, ਕਿਉਂਕਿ ਮੱਛੀ ਤੁਹਾਨੂੰ ਪਤਾ ਤਿਲਕ ਦੀ ਬਹੁਤ ਹੁੰਦੀ ਹੈ। ਆਹ ਦੇਖੋ ਜੀ ਇੱਦਾਂ ਕਰਕੇ ਆ ਵੀ ਕੱਟ ਕੱਟ ਕੇ ਸੁੱਟ ਦੇਣੇ ਆ ਸਾਰੇ। ਲਓ ਜੀ ਇਹ ਮੱਛੀ ਦੀ ਸਾਰੀ ਸਫਾਈ ਕਰ ਲਈ ਹੈ, ਖੰਭ ਵਗੈਰਾ ਸਾਰੇ ਲਾ ਲਏ ਆ। ਅਤੇ ਹੁਣ ਤੁਹਾਨੂੰ ਦੱਸਾਂਗੇ ਮੱਛੀ ਦੇ ਪਕੌੜਿਆਂ ਦਾ ਸਾਈਜ਼। ਆਹ ਦੇਖੋ ਜੀ ਇੱਦਾਂ ਮੱਛੀ ਦੇ ਪਕੌੜਿਆਂ ਦੇ ਸਾਈਜ਼ ਰੱਖਣੇ ਆ ਤੁਸੀਂ। ਆ ਤੁਸੀਂ ਦੇਖ ਸਕਦੇ ਹੋ, ਪਰ ਕੱਟਣ ਦਾ ਤਰੀਕਾ ਤੁਸੀਂ ਖਿਆਲ ਰੱਖਣਾ ਹੱਥ ਬਚਾ ਕੇ, ਠੀਕ ਆ ਜੀ। ਅਤੇ ਆਹ ਤੁਸੀਂ ਦੇਖ ਸਕਦੇ ਹੋ ਮੱਛੀ ਅਸੀਂ ਲਿੱਤੀ ਹੈ ਕੱਟ, ਇੱਦਾਂ ਦੇ ਪੀਸ ਕੱਟਣੇ ਆ ਤੁਸੀਂ, ਆਹ ਦੇਖ ਸਕਦੇ ਹੋ। ਆਹ ਦੇਖੋ ਇੱਦਾਂ ਦੇ ਛੋਟੇ ਛੋਟੇ ਪੀਸ, ਜਿੰਨੇ ਛੋਟੇ ਪੀਸ ਹੋਣਗੇ ਉਨੇ ਤੁਹਾਡੇ ਪਕੌੜੇ ਵਧੀਆ ਬਣਨਗੇ। ਆਹ ਦੇਖੋ ਲਓ ਜੀ ਮੱਛੀ ਲਿੱਤੀ ਅਸੀਂ ਕੱਟ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਮੱਛੀ ਕਿੱਦਾਂ ਮੈਗਨੇਟ ਕਰਨੀ ਹੈ। ਇੱਕ ਇੱਦਾਂ ਦਾ ਖੁੱਲ੍ਹਾ ਜਿਹਾ ਭਾਂਡਾ ਲੈ ਲੈਣਾ ਹੈ, ਉਹਦੇ ਵਿੱਚ ਜਿਹੜਾ ਅਸੀਂ ਬੇਸਣ ਆ, ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਮੈਂ ਦੱਸਿਆ 2 ਚਮਚ ਨਾ, ਉਹ ਸਾਰਾ ਇੱਥੇ ਪਾ ਦੇਣਾ। ਅਤੇ ਉਸ ਤੋਂ ਬਾਅਦ ਤੁਸੀਂ ਆ ਜਿਹੜਾ 1 ਆਂਡਾ ਲਿੱਤਾ ਉਹ ਵੀ ਤੋੜ ਕੇ ਪਾ ਦੇਣਾ, ਇੱਦਾਂ ਤੋੜ ਕੇ। ਆ ਲਓ ਜੀ ਆਂਡਾ ਵੀ ਪਾ ਦੇਣਾ। ਉਸ ਤੋਂ ਬਾਅਦ ਆ ਜਿਹੜੇ ਮਸਾਲੇ ਆ ਸਾਰੇ ਲਿੱਤੇ ਹੋਏ ਇਹ ਵੀ ਪਾ ਦੇਣੇ ਆ। ਉਸ ਤੋਂ
तो बाद जड़ियां असी हरिया मिर्चा कटिया हुई वह भी पा देनियाँ। तो जिहड़ा नींबू लिता वह चंगी तरह नचोड़ देना इदा, ठीक है जी। आ नचोड़ता उस तो बाद एक चम्मच पाना तुसी कॉर्नफ्लो का, आ लिता कॉर्नफ्लो, एक चम्मच पाना कॉर्नफ्लो का, आ तुसी देख लो एक चम्मच पाता कॉर्नफ्लो का। हुण इहनू चंगी तरह करना मिक्स, इदा बेसन चैक कर लेना, जे बेसन विच पानी घट होया तो हल्का जिहा पानी पाना बिल्कुल। आ देखो जी इदा हल्का जिहा पानी पा के तो इहनू सही तरीके नाल मिक्स कर लेना तुसी। आ तुसी देख सकते हो बेसन साडा हो गया मिक्स। तो हुण इहदे विच अहीं पावांगे मच्छी, आ चक्की जी असीं मच्छी ते आ पाती मच्छी, मच्छी पा के मच्छी नूं चंगी तरह मिक्स कर लेना। ख्याल रखना बड़े प्यार नाल क्योंकि मच्छी जांदी है टुट, तैनूं बड़े प्यार नाल तुसीं मिक्स करना। आ देखो जी अहीं चंगी तरह मिक्स कर ली है फिश, तो आ बेसन एकदम लग गया है। तो इहनू बहुत प्यार नाल तुसीं हुण ऑयल दे विच पाउणा, असीं ऑयल उधर गर्म रख दिता है। तो हुण असीं मच्छी दे पकौड़े पावांगे तेल दे विच, इदा एक एक करके तुसीं पकौड़ा लै लेना, इदा प्यार नाल इहनू लाइन कर देना, प्यार नाल इदा करके पकौड़े पा देने आ। किदा जी मच्छी तल, मच्छी तर रही है कि नहीं घिओ दे विच, देखो जी इदा तुसीं पा देना। वाह वाह क्या बात है, मेरे तो मुँह चों पानी आ रहा है। कोई गल नहीं मैं तो हुण ट्राई करना है सबसे पहला। ठीक है दलजीत जी टेंशन ना लो, बस 2 मिनट की गल है बन गए, फिर तुसी ट्राई करियो। क्या बात है, लो जी हुण असीं बड़े प्यार नाल मच्छी दी इदा करके पलटी लैणी है, आ तुसीं देख सकते हो। दलजीत कैसे लग रहे फिर मेरे मच्छी के पकौड़े? बढ़िया लग रहे हैं, जल्दी जल्दी बनाओ। हम तुसी वेट करना जब तक लाल नहीं हो जाते, उस तो पहला नहीं कटने। आ जी मेरी ट्रिक देखो, जो मछली अंदरों पकानी ना तुसी मच्छी उन्हें है हल्का हल्का दबाना कि अंदर तक पके ना, ठीक है जी। तो इदा हिलाते रहना क्योंकि मच्छी बड़ी जल्दी हो जाती है ना, बहुत जल्दी पक जाती है मच्छी। लो जी देखो साडा फिश पकौड़ा हो गया रेडी, तुसी देख सकते हो। वाओ दलजीत होना तो वेट नहीं हो रही, दलजीत होनी हुण करेंगे चेक। तुसी देख सकते हो कितना जबरदस्त बने हैं मच्छी वाले पकौड़े। लो जी साडे सारे मच्छी के पकौड़े हो गए हैं रेडी, तो तुसी देख सकते हो। तो दलजीत ने तो अपने चैकिंग चैक भी कर ले है। दलजीत जी किदा दे लगे? ओ तो फिर बनते हैं तुहानू पता ही है, ओ तो फिर बनता है चैक करना। अच्छा जी ओए ना, चलो बढ़िया गल, चैक करना भी जरूरी है। तो तुसी देख सकते हो कितने सोहने बने हैं, बहुत टेस्टी बने सी, मैं तो खादे, मैं चैक करके देखे बहुत स्वाद बने हैं। ਪ੍ਰਧਾਨ ਅਸੀਂ ਰੱਖੇ ਪਏ ਆ ਚੈੱਕ ਕਰਨ ਵਾਸਤੇ, ਪਹਿਲਾਂ ਹੀ ਚੈੱਕ ਕਰ ਲੈਂਦੇ ਆ ਪਾਸ ਆ ਜਾਂ ਫੇਲ ਆ। ਮੈਂ ਨਮਕ ਨਮਕ ਚੈੱਕ ਕਰਦੀ ਹਾਂ ਨਾ ਕਿ ਕਿੱਦਾਂ ਨਮਕ ਪੂਰਾ ਕੀ ਹਿਸਾਬ ਹੈ। ਆ ਤੁਸੀਂ ਦੇਖ ਸਕਦੇ ਹੋ ਪਕੌੜੇ ਸਾਡੇ ਹੋ ਗਏ ਆ ਰੈਡੀ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਿਆ ਸੀ ਕਿ ਆਪਾਂ ਪਕੌੜੇ ਮਸਾਲੇ ਮਾੜਾ ਜਿਹਾ ਪਾਉਣਾ ਆ। ਆ ਦੇਖ ਸਕਦੇ ਹੋ ਪਕੌੜਾ ਮਸਾਲਾ ਥੋੜ੍ਹਾ ਜਿਹਾ ਪਾਉਣਾ ਜੀ, ਬਿਲਕੁਲ ਸਵਾਦ ਅਨੁਸਾਰ। ਆ ਲਓ ਜੀ ਸਵਾਦ ਅਨੁਸਾਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਤੇ ਆਪਣੀ ਪਲੇਟ ਬਣਾਓ ਅਤੇ ਖਾਓ। ਲਓ ਜੀ ਦੇਖੋ ਜੀ ਮੱਛੀ ਵਾਲੇ ਪਕੌੜੇ ਕਿੰਨੇ ਜ਼ਬਰਦਸਤ ਬਣੇ ਹੈ, ਮੂੰਹ 'ਚੋਂ ਪਾਣੀ ਆ ਰਿਹਾ, ਹੁਣ ਰਿਹਾ ਨਹੀਂ ਜਾ ਰਿਹਾ। ਬਹੁਤ ਜ਼ਬਰਦਸਤ ਪਕੌੜੇ ਬਣਾਏ ਹੈ ਅਤੇ ਨਾਲ ਸੈਲਡ, ਵਾਹ 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 ਕਿਆ ਬਾਤ ਹੈ। ਚਟਨੀ ਦੇਖੋ ਤੁਸੀਂ, ਚਟਨੀ ਕਿੰਨੀ ਜ਼ਬਰਦਸਤ ਚਟਨੀ ਬਣਾਈ ਹੈ ਨਾਲ ਪਕੌੜੇ, ਪਾਣੀ ਆ ਰਿਹਾ ਮੂੰਹ 'ਚੋਂ ਸੱਚੀ ਦਾ। ਅਤੇ ਹੁਣ ਅਸੀਂ ਖਾਂਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ। ਹਾਂਜੀ ਹੁਣ ਅਸੀਂ ਖਾਣ ਲੱਗੇ ਹਾਂ ਮੱਛੀ ਵਾਲੇ ਪਕੌੜੇ, ਜਿੱਦਾਂ ਕਿ ਤੁਹਾਨੂੰ ਰੈਸਪੀ ਦਿੱਤੀ ਹੈ।
ਤੇ ਟੇਸਟ ਤਾਂ ਮੈਂ ਪਹਿਲਾਂ ਹੀ ਕਰ ਚੁੱਕੀ ਸੀ, ਤੁਹਾਨੂੰ ਜਿੱਦਾਂ ਕਿ ਪਤਾ ਹੈ ਮੈਂ ਕਰ ਹੀ ਲੈਂਦੀ ਹਾਂ ਟੇਸਟ, ਅਤੇ ਬਹੁਤ ਸਵਾਦ ਬਣੇ ਸੀ, ਇੱਕ ਨੰਬਰ ਜਿਹਨੂੰ ਕਹਿੰਦੇ ਆ, ਪੂਰੀ ਰੇੜੀਆਂ ਵਾਲੀ ਫੀਲਿੰਗ ਆਈ, ਬਹੁਤ ਜ਼ਬਰਦਸਤ ਬਣੇ ਸੀ, ਸਪਾਈਸੀ, ਮਿਰਚ ਵੀ ਸਹੀ, ਸਾਰਾ ਕੁਛ ਵਧੀਆ ਨਾ। ਤੇ ਹੁਣ ਮੇਰੀ ਵਾਰੀ ਆ ਚੈੱਕ ਕਰਨ ਦੀ, ਪਰ ਮੈਂ ਪਹਿਲਾਂ ਵੀ ਚੈੱਕ ਕਰ ਚੁੱਕਿਆ, ਪਰ ਹੁਣ ਵੀ ਚੈੱਕ ਅਸੀਂ ਕਰਾਂਗੇ ਦੋਨੋਂ ਜੀ, ਤੇ ਹੁਣ ਵੀ ਅਸੀਂ ਖਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਦੇ ਆ ਬਣੇ। ਤੇ ਚਟਨੀ ਅੱਜ ਅਸੀਂ ਬਣਾਈ ਹੈ ਹੱਥ ਨਾਲ, ਨਾ ਜਿੱਦਾਂ ਪਹਿਲਾਂ ਨਹੀਂ ਬਣਾਉਂਦੇ ਸੀ, ਕਿੱਦਾਂ ਕੁੰਡੀ ਦੇ ਨਾਲ, ਕੁੰਡੀ ਦੇ ਨਾਲ, ਕੁੰਡੀ ਦੇ ਵਿੱਚ ਬਣਾਈ ਹੈ ਅਸੀਂ ਨਾ ਚਟਨੀ, ਘੋਟ ਘੋਟ ਕੇ ਅੱਜ ਬਣਾਈ ਹੈ ਚਟਨੀ। ਹਾਂਜੀ, ਤੇ ਥੋੜਾ ਜਿਹਾ ਹੀ ਪਾਉਣਾ ਪਕੌੜਿਆਂ ਦੇ ਉੱਤੇ ਐਂ ਕਰਕੇ ਨਿੰਬੂ। ਓਏ ਹੋਏ ਹੋਏ, ਕਿਆ ਬਾਤ ਹੈ, ਨਿੰਬੂ ਕਾ ਤਾਂ ਰਸ ਹੀ ਨਹੀਂ ਨਿਕਲ ਰਿਹਾ, ਨਿਕਲ ਆ ਕਮਲਿਆ, ਹੁਣ ਰਿਹਾ ਨਹੀਂ ਜਾ ਰਿਹਾ ਰਸ, ਨਿਕਲ ਆ। ਲਓ ਜੀ, ਹਾਂ ਤੁਸੀਂ ਦੇਖ ਸਕਦੇ ਹੋ ਪਕੌੜੇ, ਤੇ ਹੁਣ ਅਸੀਂ ਕਰਨੇ ਆ, ਜਿਨ੍ਹਾਂ ਜਿਨ੍ਹਾਂ ਦੇ ਮੂੰਹ 'ਚ ਪਾਣੀ ਆਉਂਦੇ ਤਾਂ ਸਾਡੀ ਰੈਸਪੀ ਕਰੋ ਫਟਾਫਟ ਟਰਾਈ, ਅਤੇ ਜਿਹੜੇ ਭਰਾ ਗਲਾਸੀ ਗਲੂਸੀ ਲਾਉਣ ਵਾਲੇ ਆ ਉਹ ਤਾਂ ਤੁਹਾਨੂੰ ਪਤਾ ਨਹੀਂ ਆ ਰਿਹਾ ਹੀ ਵੱਖਰਾ, ਫਿਰ ਮੱਛੀ ਹੋਵੇ ਤਾਂ ਹੈ ਕਿ ਨਹੀਂ, ਅਤੇ ਤੁਸੀਂ ਤਾਂ ਜ਼ਰੂਰ ਟਰਾਈ ਕਰਿਓ, ਗਲਾਸੀ ਲਾਉਣ ਵਾਲੇ ਭਰਾ ਜ਼ਰੂਰ ਟਰਾਈ ਕਰਿਓ, ਤਾਂ ਬਣਾਇਓ ਨਾਲੇ ਸਵਾਦ ਲਿਓ ਆਪਣੇ, ਜਿੱਦਾਂ ਕਿ ਹਾਥਿਆਂ 'ਤੇ ਜਾ ਕੇ ਮੱਛੀ ਫਰਾਈ ਕਰਾਉਂਦੇ ਸੀ ਆਪਾਂ ਇੰਡੀਆ 'ਚ। ਲਓ ਜੀ ਚੈੱਕ ਕਰਦੇ ਹਾਂ, ਓਹ ਗ੍ਰੀਨ ਚਟਨੀ ਨਾਲ ਕਿੱਦਾਂ ਬਰੀਕ ਸਵਾਦ ਬਣਾਏ ਮੈਂ ਮੱਛੀ ਦੇ ਪਕੌੜੇ, ਬਹੁਤ ਸਵਾਦ ਬਣਾਏ ਜੀ। ਅੱਛਾ ਜੀ, ਤੁਸੀਂ ਦੇਖੋ ਨਾ, ਤੁਸੀਂ ਵੀ ਖਾਓ, ਫੈਮਿਲੀ ਸਾਡੀ ਆਪਣੀ ਹੈ, ਕੋਈ ਬਗਾਨੀ ਨਹੀਂ ਹੈਗੀ। ਖਾਣੇ ਆ ਜੀ, ਦੇਖੋ ਜੀ ਮੱਛੀ ਕਿੰਨੀ ਜ਼ਬਰਦਸਤ, ਨਾਲ ਹਰੀ ਚਟਨੀ, ਚਟਨੀ ਬਹੁਤ ਟੇਸਟੀ, ਇੱਦਾਂ ਡਿਪ ਕਰਕੇ ਖਾਓ ਨਾਲੇ ਪਾਫਾ ਉੱਡਣ। ਤੁਸੀਂ ਵੀ ਇੱਦਾਂ ਚਟਨੀ ਬਣਾਓ ਨਾ ਕੋਟਨੇ ਦੇ ਵਿੱਚ, ਤੇ ਬਹੁਤ ਸਵਾਦ ਬਣਦੀ ਹੈ ਚਟਨੀ ਨਾ, ਮਿਕਸੀ ਵਾਲੀ ਚਟਨੀ ਤੁਸੀਂ ਭੁੱਲ ਜਾਓਗੇ। ਆਪਣੇ ਤਾਂ ਫੇਵਰੇਟ ਆ ਮੱਛੀ ਵਾਲੇ ਪਕੌੜੇ, ਇੱਕ ਨੰਬਰ, ਤੇ ਜਿਹਦੇ ਜਿਹਦੇ ਫੇਵਰੇਟ ਆ ਮੇਰੇ ਭੈਣ ਭਰਾ ਥੱਲੇ ਕਮੈਂਟ 'ਚ ਵੀ ਸਾਨੂੰ YouTube ਤੇ ਲਿਖਣ, ਨਾਲ ਖਾਓ ਜੀ ਸੈਲਡ, ਤੇ ਕਮੈਂਟਾਂ ਵਿੱਚ ਜ਼ਰੂਰ ਲਿਖਣ ਕਿ ਕਿਹਦੇ ਕਿਹਦੇ ਫੇਵਰੇਟ ਆ। ਚਲੋ ਜੀ ਹੁਣ ਖਾ ਪੀ ਕੇ ਕਰਦੇ ਹਾਂ ਬਲੌਗਿੰਗ ਜੀ ਐਂਡਿੰਗ, ਪਕੌੜੇ ਸ਼ਕੌੜੇ ਖਾ ਲਿੱਤੇ ਅਸੀਂ, ਮੱਛੀ ਵਾਲੇ ਬਹੁਤ ਸਵਾਦ ਬਣੇ ਸੀ, ਜਿਹਨੂੰ ਕਹਿੰਦੇ ਆ ਇੱਕ ਨੰਬਰ, ਜਿੱਦਾਂ ਕਿ ਤੁਸੀਂ ਰੈਸਪੀ ਦੇਖ ਹੀ ਲਿੱਤੀ ਹੈ, ਅੱਜ ਮੇਰੇ ਸਵਾਮੀ ਨੇ ਮੈਨੂੰ ਬਣਾ ਕੇ ਖਵਾਏ ਮੱਛੀ ਵਾਲੇ ਪਕੌੜੇ, ਵੀ ਸਾਰੇ ਜਣੇ ਬਣਾਓ ਨਾਲੇ ਖਾਓ, ਮੱਛੀ ਵਾਲੇ ਪਕੌੜੇ ਬਹੁਤ ਟੇਸਟੀ ਬਣਦੇ ਹੈ। ਇੱਕ ਤਾਂ ਮੌਸਮ ਅੱਜ ਬੜਾ ਜ਼ਬਰਦਸਤ ਮੌਸਮ ਸੀ, ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬਾਹਰ, ਅਤੇ ਨਾਲ ਚਟਨੀ ਹਰੀ, ਓ ਹੋ 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 ਹੋ, ਮੂੰਹਾਂ 'ਚੋਂ ਤਾਂ ਹੁਣ ਵੀ ਪਾਣੀ ਆ ਰਿਹਾ, ਬਟ ਕੀ ਕਰੀਏ ਢਿੱਡ ਭਰ ਗਿਆ, ਅਤੇ ਕੋਈ ਨਹੀਂ ਫਿਰ ਖਾਵਾਂਗੇ ਕੱਲ੍ਹ ਨੂੰ, ਆਪਣਾ ਹੀ ਘਰ ਹੈ। ਕੱਲ ਨੂੰ ਕਿਹੜਾ ਤੇਰੇ ਜੋਗੇ ਬੱਚੇ ਆ ਜਿਹੜਾ ਤੂੰ ਕਹਿੰਦੀ ਹੈ ਕੱਲ ਨੂੰ, ਹੁਣ ਨੈਕਸਟ ਵਾਰੀ ਜਦੋਂ ਬਣਾਵਾਂਗੇ ਫਿਰ ਤੁਹਾਨੂੰ ਖਵਾਵਾਂਗੇ, ਅੱਜ ਤੇ ਤਾਂ ਤੁਸੀਂ ਕੰਮ ਖਤਮ ਕੀਤਾ, ਹੁਣ ਲੱਗਦਾ ਹੱਡੀਆਂ ਦੀ ਤਿਆਰੀਆਂ ਕਰਕੇ ਬੈਠੇ ਹੋ ਤੁਸੀਂ। ਨਹੀਂ ਥੋੜੇ ਜਿਹੇ ਬੱਚੇ ਆ ਮੈਂ ਆਪਣੇ ਲਈ ਬਚਾ ਕੇ ਰੱਖੇ, ਤੁਹਾਨੂੰ ਨਹੀਂ ਪਤਾ, ਬੜੀ ਚੰਗੀ ਹੈ ਚੀਜ਼ਾਂ ਲੁਕੋ ਲੁਕੋ ਕੇ ਰੱਖਣਾ ਸ਼ੁਰੂ ਕਰ ਦਿੱਤੀ। ਹੋਰ ਕੀ, ਜਦੋਂ ਤੁਸੀਂ ਬਣਾਉਂਦੇ ਸੀ ਨਾ ਮੈਂ ਚਾਰ ਵਾਰੀ ਆਪਣੇ ਲਈ ਕੱਢ ਕੇ ਰੱਖੇ ਸੀ। ਅੱਛਾ, ਮਤਲਬ ਕਿ ਹੁਣ ਲੁਕਾਉਣ ਦਾ ਕੰਮ ਵੀ ਕਰ ਲਿਆ ਤੁਸੀਂ, ਜਿਵੇਂ ਇਹ ਕੰਮ ਕਿੱਥੋਂ ਸਿੱਖ ਲਿਆ? ਮੈਂ ਕਿਹਾ ਕੱਲ ਦਾ ਕੋਟਾ ਵੀ ਆਪਣਾ ਰੱਖ ਲਓ ਨਾ, ਕੱਲ ਖਾਊਂਗੀ ਮੈਂ। ਐਡਵਾਂਸ ਚੱਲਦੇ ਹੋ ਤੁਸੀਂ ਹੈ। ਚਲੋ ਜੀ, ਜਿੱਦਾਂ ਕਿ ਤੁਸੀਂ ਸਾਡੀ ਵੀਡੀਓ ਦੇਖੀ, ਜੇ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ। ਚਲੋ ਜੀ ਹੁਣ ਵਲੌਗ ਦੀ ਐਂਡਿੰਗ ਇੱਥੇ ਹੀ ਕਰਦੇ ਆਂ, ਤੇ ਵਲੌਗ ਦੀ ਐਂਡਿੰਗ ਇਦਾਂ ਨਹੀਂ ਕਰਦੇ, ਵਲੌਗ ਦੀ ਐਂਡਿੰਗ ਇਦਾਂ ਹੈ ਜੀ, ਮੇਰੀ ਗੱਲ ਵੀ ਸੁਣ ਲਓ ਪੂਰੀ ਚੰਗੀ ਤਰ੍ਹਾਂ, ਸੁਣ ਲਓ ਜੀ, ਜਰੂਰ ਸੁਣੋ। ਸਾਰਿਆਂ ਦਾ ਥੈਂਕ ਯੂ ਆ ਸਾਡੀ ਵੀਡੀਓ ਵਾਚਿੰਗ ਕਰਨ ਵਾਸਤੇ, ਤੇ ਸਾਡੀ ਰੈਸਪੀ ਜ਼ਰੂਰ ਟਰਾਈ ਕਰੋ, ਸ਼ੇਅਰ ਕਰੋ, ਆਪਣੀ ਫੈਮਿਲੀ ਤੱਕ ਪਹੁੰਚਾਓ, ਤੇ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਸਪੋਰਟ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਤੇ ਘੰਟੀ ਜੀ ਦਾ ਜਿਹੜਾ ਬਟਨ ਹੈ ਨਾ ਉਹਨੂੰ ਦਬਾਉਣਾ, ਬੈਲ ਆਈਕਨ ਦਬਾਉਣਾ ਨਾ ਭੁੱਲਣਾ, ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਸਾਡੀ ਮਿਲਦੀ ਰਹੇਗੀ ਨਵੀਂ ਤੋਂ ਨਵੀਂ ਵੀਡੀਓ ਦੀ, ਜਿੱਦਾਂ ਹੀ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਨਾਲ ਹੀ ਬੈਲ ਵੱਜ ਜਾਏਗੀ ਕਿ ਇਹਨਾਂ ਨੇ ਕਰਤਾ ਹੈ, ਪਟਾਕਾ ਮਾਰ ਦਿੱਤਾ, ਤੁਹਾਨੂੰ ਪਤਾ ਲੱਗ ਜਾਣਾ। ਹਾਂਜੀ, ਕਿ ਮਤਲਬ ਵੀਡੀਓ ਚਾੜ ਦਿੱਤੀ ਹੈ, ਠੀਕ ਹੈ ਜੀ, ਤੇ ਤੁਸੀਂ ਸਪੋਰਟ ਕਰੋ, ਅਸੀਂ ਵੀਡੀਓ ਤੋਂ ਪਿੱਛੇ ਨਹੀਂ ਹਟਣਾ, ਵੀਡੀਓ ਨਵੀਂ ਤੋਂ ਨਵੀਂ ਲਿਆ ਕੇ ਪਾਈ ਜਾਣੀ ਹੈ, ਠੀਕ ਹੈ ਜੀ। ਚਲੋ ਜੀ, ਹੁਣ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ, ਓਕੇ ਜੀ, ਬਾਏ ਬਾਏ।